हाँ जी भाई जी, सारे भी सत श्रीकाल जी। संदीप डेलीफेंस का बहुत बहुत वेलकम है जी। आदि भी जी अपनी विजिट हैगी आ शहर फतेहगढ़ जी, जिला गुरदासपुर पैंदा। अज आप एक मशहूर व्यापारी जिन्होंने बाई जी जिहड़े चेयरमैन सरपंच साहब फतेहगढ़ वाले, उन्होंने घर अपनी विजिट है जी। तुसीं बड़ा नाम सुने ते वीर जी, मैं भी बहुत बाई ने नाम सुनिया, ठीक है। बड़े मशहूर व्यापारी है जी, मंडियां च बाई उन्होंने नाम चलता, जगराऊं मंडी, धनोला मंडी, खन्ना मंडी, ठीक है जी। मतलब कह नूं आपां इह कह सकदे हां जी कि मतलब दुनिया दे समझ लो मन्ने तो मन्ने व्यापारी है जी। तो अज उन्हां कोल कुछ पशु सेल है जी, तो हुण आपां बाई जी उन्होंने गलबात करते हैं आपां, इन्हां दा की प्राइज़ है ते की मिलक रिकॉर्ड आ। वीर जी उस तो पहले रिक्वेस्ट करां तुहानूं कि जिहड़े वीर पहले वीडियो वेख रहे आ, उन्होंने वीर रिक्वेस्ट है कि अपने चैनल को सबसक्राइब कर जी, तो घंटी या बटन जरूर दबा ता कि तो नई वीडियो आ सके। वीर जी एक होर रिक्वेस्ट आ, इतने आओ जी, दो टाइम जी चुआई करो, अभी पास करके फिर लेके जाओ। हम आप बाई जी ने गलबात कर दी जी। हम आप हाँ जी भाई जी, सत श्री अकाल जी। ਸਤਿ ਸ਼੍ਰੀ ਅਕਾਲ ਭਾਈ ਜੀ, ਸਤਿ ਸ਼੍ਰੀ ਅਕਾਲ ਸੰਦੀਪ ਭਾਈ ਜੀ, ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਪਹਿਲੇ ਬਹੁਤ ਤੁਹਾਡਾ ਬਹੁਤ ਵੈਲਕਮ ਤੁਹਾਡਾ ਫਤਿਹਗੜ੍ਹ ਚੂੜੀਆਂ। ਤੁਹਾਡਾ ਵੀ ਬਹੁਤ ਸਵਾਗਤ ਹੈ ਤੁਹਾਡਾ ਜੀ। ਥੈਂਕ ਯੂ ਭਾਈ ਜੀ, ਥੈਂਕ ਯੂ ਥੈਂਕ ਯੂ। ਅਤੇ ਵੀਰ ਜੀ ਵਪਾਰ ਕਰਦੇ ਜੀ ਆਪਾਂ, ਅੱਜ ਪਸ਼ੂਆਂ ਦਾ ਖਰੀਦਾ ਜੀ, ਮੱਝਾਂ ਗਾਵਾਂ ਦਾ ਜੀ। ਹਾਂਜੀ ਹਾਂਜੀ ਹਾਂਜੀ। ਅਤੇ ਕਿੰਨੇ ਟਾਈਮ ਹੋ ਗਏ ਵੀਰ ਜੀ ਕਰਦੇ ਨੂੰ? ਸਾਨੂੰ ਦਾਦੇ ਪੜਦਾਦੇ ਦਾ ਦਰਿਆ ਹੁੰਦਾ ਜੀ ਆਪਣਾ, ਹੈ ਨਾ? ਠੀਕ ਹੈ ਜੀ। ਦਾਦੇ ਪੜਦਾਦੇ ਦਾ ਬਹੁਤ ਪੁਰਾਣਾ ਚੱਲੀ ਜਾਂਦਾ, ਬੜੀ ਪਰਮਾਤਮਾ ਦੀ ਕਿਰਪਾ, ਬਹੁਤ ਸੋਹਣਾ ਤੁਹਾਡਾ ਵਿਊ ਦੇਖੀ ਦੇ ਆ। ਹਾਂਜੀ ਹਾਂਜੀ। ਦੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਜੀ ਆਪਾਂ ਨੂੰ ਜੀ। ਆਪਣਾ ਸਾਡੇ ਭਰਾ ਜੀ ਬਹੁਤ ਦੂਰ ਦੂਰ ਤੱਕ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਚੈਨਲ ਚੱਲੇ, ਲੋਕਾਂ ਨੂੰ ਬਹੁਤ ਉਤਸ਼ਾਹ ਮਿਲਦਾ ਵਾ। ਹਾਂਜੀ ਹਾਂਜੀ। ਦਲਾਲਾਂ ਦਾ ਕੰਮ ਖਤਮ ਹੁੰਦਾ ਜਾਂਦਾ ਵਾ। ਬਿਲਕੁਲ ਜੀ ਠੀਕ ਹੈ। ਬਹੁਤ ਲੋਕਾਂ ਨੂੰ ਇਸ ਚੀਜ਼ ਦਾ ਮਾਲ ਡੰਗਰ ਲੈਣ 'ਚ ਖਰੀਦ ਕਰਨ 'ਚ ਬਹੁਤ ਫਰਕ ਪੈਂਦਾ ਆ। 20-25 ਹਜ਼ਾਰ ਜਾਨਵਰ ਸਸਤਾ ਲੋਕਾਂ ਹਾਂਜੀ ਹਾਂਜੀ ਬਿਲਕੁਲ ਮਿਲਣ 'ਚ ਮਿਲਦਾ ਵਾ। ਬਿਲਕੁਲ ਜੀ। ਅਤੇ ਸਾਨੂੰ ਬਹੁਤ ਸੀਗਾ ਕਿ ਆਪਣਾ ਸੰਦੀਪ ਬਾਈ ਨੂੰ ਬਿਲਕੁਲ ਆਪਣੇ ਡੇਰੀ 'ਚ ਇੱਕ ਵਾਰੀ ਉਹਨਾਂ ਨੂੰ ਬੁਲਾਈਏ। ਹਾਂਜੀ ਹਾਂਜੀ। ਅਸੀਂ ਵੀ ਆਪਣਾ ਇੱਕ ਲੋਕਾਂ ਸਾਹਮਣੇ ਬਿਲਕੁਲ ਜੀ ਆਉਣਾ ਸੀ ਤੁਹਾਡੇ ਕੋਲ ਜੀ। ਉਦੋਂ ਥੋੜ੍ਹਾ ਮੇਰਾ ਐਕਸੀਡੈਂਟ ਹੋ ਗਿਆ ਜੀ, ਮੰਗਲਵਾਰ ਨੂੰ ਆਉਣਾ ਸੀ ਅਤੇ ਬਾਈ ਜੀ ਨਾਲ ਗੱਲ ਹੋਈ ਸੀ ਗਾਣਾ, ਉਦੋਂ ਤੁਹਾਡੇ ਕੁਦਰਤ ਜੀ ਉਦੋਂ ਨਹੀਂ ਮੇਲ ਹੋਇਆ ਅਤੇ ਮੈਂ ਚਲੋ ਅੱਜ ਬਾਈ ਜੀ ਨੇ ਕੋਲ ਜਾ ਕੇ ਆਉਂਦੇ ਜੀ। ਬਹੁਤ ਖੁਸ਼ੀ ਹੈ ਬਾਈ, ਬਹੁਤ ਵਧੀਆ ਦੇਖੀ ਜਾ ਵਾ, ਬਹੁਤ ਦੇਖਣ ਨੂੰ ਸੁਣਨ ਨੂੰ ਮਿਲਦਾ ਹੈ ਕਿ ਦੇਖੋ ਬਾਈ ਜੀ ਔਨਲਾਈਨ ਬਹੁਤ ਵਧੀਆ ਰਿਸਪੌਂਸ ਹੈ ਜੀ, ਠੀਕ ਹੈ ਜੀ। ਜੈਨ ਨੂੰ ਕੰਮ ਕਰ ਰਹੇ ਹੋ, ਸਾਫ਼ ਸੁਥਰਾ ਕੰਮ ਕਰੀਏ, ਬੜਾ ਸੋਹਣਾ ਜੀ। ਹਾਂਜੀ ਹਾਂਜੀ। ਅਤੇ ਬਾਈ ਜੀ ਫਿਰ ਜਿਹੜੀ ਖਰੀਦ ਹੈ ਜੀ ਉਹ ਫਿਰ ਇੱਥੋਂ ਕਿ ਬਾਹਰ? ਮਾਲ ਹਰਿਆਣੇ, ਹਰਿਆਣੇ ਆਉਂਦਾ, ਹਰਿਆਣੇ ਤੋਂ ਮਾਲ, ਚੰਗਾ ਪਿੰਡਾਂ 'ਚ ਫਿਰ ਕੇ ਮਾਲ ਦੀ ਖਰੀਦ ਕਰੀ ਦੀ ਆ। ਹਾਂਜੀ ਹਾਂਜੀ। ਅਤੇ ਲੋਕਾਂ ਨੂੰ ਮਾਲ ਵੀ ਮੰਦਾ ਲਈਦਾ, ਸਾਫ਼ ਸੁਥਰਾ ਲਈਦਾ, ਚੰਗਾ ਲਈਦਾ ਡੰਗਰ, ਠੀਕ ਹੈ ਜੀ। ਕਿ ਲੋਕਾਂ ਨੂੰ ਇਹ ਹੈ ਕਿ ਡੇਅਰੀ 'ਚ ਲੋਕਾਂ ਨੂੰ ਆਉਣ ਵਾਲੇ ਇੱਕ ਬਰੀਡ ਤੌਰ 'ਤੇ ਹਾਂਜੀ ਡੇਅਰੀ ਫਾਰਮ ਨੂੰ ਬਹੁਤ ਵਧੀਆ ਐਗਜ਼ਾਮਪਲ ਮਿਲ ਸਕੀ। ਠੀਕ ਹੈ ਜੀ, ਠੀਕ ਹੈ ਠੀਕ ਹੈ ਜੀ। ਅਤੇ ਫਿਰ ਗਾਈਆਂ ਦਾ ਜੀ, ਫਿਰ ਗਾਈਆਂ ਵੀ ਬਾਹਰ ਜਾਂਦੀਆਂ? ਹਾਂਜੀ, ਐਸ ਪੀ ਆਰ ਦੇਖ ਕੇ ਕਰ ਲਿਆ। ਹਾਂਜੀ। ਅਤੇ ਦੋ ਝੋਟੀਆਂ ਨੇ ਤਿੰਨ, ਠੀਕ ਹੈ। ਅਤੇ ਬੜਾ ਵਧੀਆ, ਬੜਾ ਨਾਮ ਬਾਈ ਜੀ, ਅਸੀਂ ਤੁਹਾਡਾ ਮੰਡੀਆਂ ਦੇ ਵਿੱਚ ਬਾਈਆਂ ਵੇਖੀ ਦਾ ਜੀ, ਬੜਾ ਮਤਲਬ ਕਿ ਚੇਅਰਮੈਨ ਨਾਂ ਦੇ ਬੜਾ ਨਾਂ ਚੱਲਦਾ ਜੀ। ਚਲੋ ਪਰਮਾਤਮਾ ਹੀ ਬਣਾਉਣ ਵਾਲਾ ਹਾਂਜੀ ਪਰਮਾਤਮਾ ਹੀ ਹੈ ਬਾਈ ਜੀ। ਬਿਲਕੁਲ ਜੀ। ਬਾਕੀ ਇਹ ਹੈ ਕਿ ਚਲੋ ਪੁਰਾਣਾ ਤੁਰਿਆ ਹੁੰਦਾ ਵਾ ਦਾਦੇ ਪੜਦਾਦਿਆਂ ਦਾ, ਇਹਨਾਂ 'ਚੋਂ ਆਪਣਾ ਕਰਮਾਂ ਵਾਲੀਆਂ ਦਾ ਲੋਕਾਂ ਨੂੰ ਵੀ ਨਾਲੇ ਡੇਅਰੀ ਫਾਰਮਾਂ ਦਾ, ਹਾਂਜੀ ਹਾਂਜੀ ਬਿਲਕੁਲ ਬਾਈ ਜੀ ਬਿਲਕੁਲ, ਧੰਦਾ ਵਧੀਆ ਚੱਲੀ ਜਾਂਦਾ ਵਾ, ਨਾਲੇ ਸਾਨੂੰ ਵੀ ਵੇਖਣ 'ਚ ਇਹ ਤਾਂ ਸ਼ੌਂਕ ਨਾਲ ਆਵਾਂ ਕੰਮ ਸਾਡਾ, ਕਮਾਈ ਕਮੂਈ ਦਾ ਤਾਂ ਚੱਕਰ ਕੋਈ ਨਹੀਂ, ਕਿਉਂ? ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਸਾਡੇ ਰੇਟ ਦਾ ਤੇ ਲੋਕਾਂ ਦੇ ਜਾਨਵਰਾਂ ਦਾ ਫਰਕ ਬਹੁਤ ਹੈ, ਬਹੁਤ ਫਰਕ ਹੈ ਜੀ। ਸਹੀ ਹੈ। ਮੰਡੀ ਬਾਈ ਜੀ ਫਿਰ ਤੁਸੀਂ ਐਰਕ ਨਹੀਂ ਲਾਈ ਜੀ, ਪਹਿਲਾਂ ਲਾਉਂਦੇ ਰਹੇ ਜੀ? ਬਾਈ ਪਹਿਲਾਂ ਮੰਡੀ ਲਾਉਂਦੇ ਹੁੰਦੇ ਸੀਗੇ। ਹਾਂਜੀ। ਮੰਡੀ ਆਪਣਾ ਘਰੇ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਚੱਲੀ ਜਾਂਦਾ ਜੀ, ਮੰਡੀ ਦਾ ਤੇ ਆਪਣਾ ਕਿਤੇ ਲੋੜ ਹੀ ਨਹੀਂ ਹੁਣ ਪੈਂਦੀ, ਪਹਿਲਾਂ ਲਾਉਂਦੇ ਸੀਗੇ ਅੱਜ ਤੋਂ 5-4 ਸਾਲ ਪਹਿਲਾਂ। ਹਾਂਜੀ ਉਹ ਤਾਂ ਘਰੇ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਚੱਲੀ ਜਾਂਦਾ ਜੀ, ਰੋਜ਼ ਅਵੇਲੇਬਲ ਆ। ਮੰਨ ਲਓ ਵੀ ਅੱਜ ਤਾਂ ਤੁਹਾਡਾ ਲੰਘਦੇ ਚੱਲਦੇ ਤੁਸੀਂ ਆਏ, ਹਾਂਜੀ ਹਾਂਜੀ ਬਿਲਕੁਲ, ਆਪਣਾ ਫਤਿਹਗੜ੍ਹ ਚੂੜੀਆਂ ਸਾਨੂੰ ਮਿਲ ਕੇ ਜਾਣਾ। ਹਾਂਜੀ ਚਲੋ, ਜਿੰਨੇ ਕੁ ਜਾਨਵਰ ਅਵੇਲੇਬਲ ਆ ਆਪਾਂ ਤੁਹਾਨੂੰ ਆਪਣਾ ਸ਼ੋਅ ਕਰਵਾ ਦਿਖਾ ਦਈਏ। ਬਿਲਕੁਲ ਜੀ ਭਾਈ ਜੀ, ਬਿਲਕੁਲ। ਬਾਕੀ ਇਹ ਹੈ ਕਿ ਆਪਣਾ ਜਿਹੜੇ ਅੱਜ ਤੋਂ 2-4 ਸਾਲ ਪਹਿਲਾਂ ਲਾਉਂਦੇ ਸੀਗੇ, ਹਾਂਜੀ ਉਦੋਂ ਕੁਝ ਗੱਲਾਂ ਹੋਰ ਸੀਗੀਆਂ, ਹੁਣ ਆਨਲਾਈਨ ਸਿਸਟਮ ਹੋ ਗਿਆ, ਨਾਲੇ ਲੋਕਾਂ ਨੂੰ ਬਹੁਤ ਆਪਣਾ ਇਸ ਚੀਜ਼ ਦਾ ਰਾਹਤ ਮਿਲੀ ਹੈ, ਰਾਹਤ ਮਿਲੀ, ਸਹੀ ਗੱਲ ਹੈ, ਦਲਾਲਾਂ ਤੋਂ ਬਹੁਤ ਜ਼ਿਆਦਾ ਆਪਣਾ ਇਸ ਚੀਜ਼ ਦੀ ਰਾਹਤ ਮਿਲੀ ਹੈ। ਬਾਕੀ ਚਲੋ ਵਧੀਆ ਵਾ, ਠੀਕ ਹੈ। ਬਾਕੀ ਆ ਜਾਓ, ਚਲੋ ਜਾਨਵਰ ਦਿਖਾਈਏ। ਇਹ ਪਹਿਲਾ ਸੂਆ ਬਾਈ ਜੀ ਝੋਟੀ? ਅੱਛਾ ਜੀ, ਠੀਕ ਹੈ ਜੀ, ਠੀਕ ਹੈ। ਹਾਂਜੀ, ਦੋਂਦੀ ਆ, 4 ਦਿਨ ਦੇ ਕਰਨੀਆਂ ਦੀ ਕੱਢੀ ਜਾਂਦੀ ਹੈ, 4 ਦਿਨ, ਠੀਕ ਹੈ ਜੀ, ਠੀਕ ਹੈ ਜੀ। ਤੇ ਦੁੱਧ 15 ਕਿਲੋ ਵਧੀਆ ਠੰਡਾ ਪਾਣੀ ਵਰਗਾ ਜੀ। ਅੱਛਾ ਜੀ, 15 ਕਿਲੋ, ਦਾਦੀ ਦੀ ਚੁਆਈ ਤੇ ਬਹੁਤ ਸੋਹਣੀ ਚੱਟੀ ਤਿਆਰ ਹੁੰਦੀ ਹੈ, ਠੀਕ ਹੈ ਜੀ। ਤੇ ਬਾਈ ਜੀ ਫਿਰ ਸਵੇਰ ਚੁਆਈ ਟਾਈਮ ਜੀ, ਫਿਰ ਬਾਈ ਸ਼ਾਮ ਦੀ ਚੁਆਈ ਤਾਂ ਝੋਟੀ ਦੱਸੂਗੀ ਕਿ ਹਾਂ ਕਿ ਬਾਕੀ ਮੇਰੇ ਥੱਲੇ ਕੁਝ ਹੈਗਾ। ਬਿਲਕੁਲ ਜੀ, ਆ ਦੇਖੋ ਜੀ ਥਾਲੇ ਵਾ, ਦੇਖੋ ਪਹਿਲੇ ਸੂਏ ਨਾਲੇ। ਤੇ ਵੀਰ ਜੀ ਫਿਰ ਖੋਲੋ ਜੀ, ਦਿਖਾਈਏ ਜੀ। ਤੇ ਬਿਲਕੁਲ ਜੈੱਡ ਬਣਾਇਆ ਕਿ ਛੋਟਾ ਸਿੰਘ ਹੈ ਜੀ, ਬਹੁਤ ਸੋਹਣੀ ਝੋਟੀ ਆ, ਤੇ ਖੋਲੋ ਵੀਰ ਜੀ।
ਖੋਲੇ ਜੀ ਆ ਦੇਖੋ ਜੀ ਖਾਣ ਦੀ ਕੁਆਲਿਟੀ ਬਹੁਤ ਸੋਹਣੀ ਹੈ ਜੀ ਹਾਈਟ ਬਹੁਤ ਆ ਲਿਓ ਵੀ ਜੀ ਲਿਓ ਲਿਓ ਬਿਲਕੁਲ ਐਨ ਪਿਓਰ ਮੋਰਾ ਵਿੱਚ ਆ ਗਈ ਜੀ ਦੇਖੋ ਜੀ ਲੈ ਜੀ ਬਿਲਕੁਲ ਜੈੱਡ ਬਲੈਕ ਵਾਲ ਹੀ ਹੈ ਜੀ ਥੋੜ੍ਹੇ ਜਿਹੇ ਠੀਕ ਹੈ ਜੀ ਵੀਰ ਜੀ ਬੱਚਾ ਮਰ ਕੀ ਆ ਗਿਆ ਜੀ ਫਿਰ ਇਹਦੇ ਬੱਚਾ ਕੱਟੀ ਆ ਕੱਟੀ ਆ ਗਏ ਠੀਕ ਹੈ ਜੀ ਤੇ ਫਿਰ ਵੀਰ ਜੀ ਦੀ ਕੀਮਤ ਕੀਮਤ ਬਾਈ ਲੋਕਾਂ ਤੋਂ ਉਵੇਂ ਮੁੰਡ ਤੋਂ ਭਾਵੇਂ 160 ਪੈਣੇ ਕਰੀ ਜਾਂਦੇ ਆ ਆਪਾਂ ਇਹਨੂੰ 128000 ਦੀ ਝੁੱਟੀ ਦੇ ਦਾਂ 128000 ਦੀ ਹਾਂ ਜਮਾ ਯੈਸ ਜਾਂ ਨੋ ਮੁੱਲ ਕਰਾਉਣ ਨੂੰ 160 ਕਰਾ ਲਓ 65 ਕਰਾ ਲਓ ਠੀਕ ਹੈ ਜੀ ਠੀਕ ਬਾਕੀ ਥੋੜਾ ਹੋਰ ਮਾਨਦਾਰ ਮੌਕੇ ਤੇ ਜੀ ਮਾਨਦਾਰ ਜੋ ਖੁਸ਼ੀ ਨਾ ਹੋਵੇ ਛੋਟ ਪਾ ਕਰਵਾ ਲਾ ਬਿਲਕੁਲ ਜੀ ਕਰਨੀਆਂ ਪਰ ਝੋਟੀ ਬਹੁਤ ਖਰੀ ਐ ਇਸ ਮੌਲ ਦੀ ਆਪਾਂ ਨੂੰ ਲੋਕੀ ਮੁੱਲ ਕਰੀ ਜਾਂਦੇ ਨੇ ਮੇਲਿਆਂ ਦੇ ਵਿੱਚ 2-2 ਲੱਖ 2.5 ਲੱਖ ਹਾਂਜੀ ਪਰ ਆਪਣੀ ਉਹ ਗੱਲ ਨਹੀਂ ਬਿਲਕੁਲ ਸਹੀ ਆਪਾਂ ਜੋ ਬਿਲਕੁਲ ਜੈਨੂਅਲ ਆ ਹਾਂਜੀ ਮਾਲ ਖਰੀਦਣ ਚ ਵੀ ਹਾਂਜੀ ਹਾਂਜੀ ਮਾਲ ਦੀ ਸਫਾਈ ਵੀ ਠੀਕ ਹੈ ਜੀ ਉਹਦਾ ਫੇਸ ਦਿਖਾਓ ਜੈਨੂਅਲ ਬਿਲਕੁਲ ਜੀ ਬਿਲਕੁਲ ਦੇਖੀ ਜਾਂਦੇ ਜੀ ਆ ਦੇਖੋ ਜੀ ਗੱਡੀ ਸਾਫ ਸੁਥਰੀ ਆ ਇਸ ਮੁੱਲ ਨਾਲ ਮਿਲਦੀ ਨਹੀਂ ਜਿੱਥੇ ਮਰਜ਼ੀ ਚੱਕਰ ਕਮਾਈ ਜਾਈਏ ਬਿਲਕੁਲ ਜੀ ਬਿਲਕੁਲ ਆ ਜਾਓ ਜੀ ਇਧਰ ਆ ਜਾਓ ਇਹ ਵੀ ਪਹਿਲਾ ਸੂਆ ਜੀ ਇਹ ਵੀ ਪਹਿਲਾ ਸੂਆ ਜੀ ਪਹਿਲਾ ਸੂਆ ਜੀ ਠੀਕ ਹੈ ਜੀ ਇਹ ਸੂਈਏ ਵੀਰ ਜੀ ਇਹ ਵੀ ਹਾਂਜੀ ਭਾਈ ਜੀ ਇਹ ਵੀ ਸੂਈ ਹੈ ਠੀਕ ਹੈ ਠੀਕ ਹੈ ਇਹਦੇ ਥੱਲੇ ਬੌੜੀ ਆ ਜੇ ਆਪਣਾ 12-13 ਲੀਟਰ ਦੀ ਥੱਲੇ ਅੱਛਾ 12 ਕਿਲੋ ਬੌੜਾ ਹੀ ਹੈ ਜੀ 12 ਕਿਲੋ ਬੌੜੀ ਹੈ ਇਹ ਚਾਰ ਦੰਦ ਹੈ ਝੋਟੀ ਚਾਰ ਦੰਦ ਹਾਂ ਬਹੁਤ ਚੰਗੀ ਸਾਫ ਝੋਟੀ ਆ ਬੌੜੀ ਸਟਰਕਚਰ ਸਰੀਰ ਦੀਆਂ ਸਫਾਈਆਂ ਜੀ ਦੀਆਂ ਖੋਲੋ ਵੀਰ ਜੀ ਨੂੰ ਵੀ ਵੀਰ ਜੀ ਆ ਦੇਖੋ ਬਿਲਕੁਲ ਛੋਟਾ ਸਿੰਗ ਜੀ ਦਾ ਵੀ ਬਹੁਤ ਕੁਆਲਿਟੀ ਝੋਟੀ ਜੀ ਲੈ ਚੋ ਖੋਲੋ ਜੀ ਆ ਦੇਖੋ ਹਾਈਟ ਬਹੁਤ ਆ ਤੁਰ ਲਓ ਜੀ ਇਹ ਵੀ ਡੰਗ ਦੇ ਚਵਾਈ ਝੋਟੀ ਬਣਦੀ ਬਹੁਤ ਸੋਹਣੀ ਹੈ ਹਾਂ ਬਿਲਕੁਲ ਜੀ ਆ ਦੇਖੋ ਟਾਈਮ ਵੀ ਹਜੇ ਕਰੀਬ 12 ਹੀ ਵਜੇ ਜੀ ਹਜੇ ਆ ਦੇਖੋ ਤੋਰ ਲਓ ਵੀ ਜੀ ਤੋਰ ਲਓ ਮੈਂ ਲਿਆ ਵੀ ਜੀ ਐ ਚਵਾਈ ਜੂ ਵੀ ਜੀ ਬਿਲਕੁਲ ਸਹੀ ਹੈ ਜੀ ਬਹੁਤ ਸਾਫ ਹੈ ਜੀ ਚਵਾਈ ਦੀ ਜੀ ਅਜੇ ਬੌੜੀ ਹੈ ਛੋਟੀ ਦੀ ਹਾਂਜੀ ਹਾਂਜੀ ਹਾਂ ਬਹੁਤ ਚੰਗੀ ਜੀ ਸਾਫ ਤੇ ਵੀ ਜੀ ਫਰੰਦੀ ਕੀਮਤ ਇਹ ਬਾਈ ਮੁੱਲ ਤਾਂ ਭਾਵੇਂ 1-35 ਕਰੀ ਜੀ ਇਹ 1.5 ਦੀ ਦੇ ਦਾਂਗੇ ਇਹ 1.5 ਲੱਖ ਦੀ ਜੀ ਠੀਕ ਹੈ ਛੋਟੀ ਦੀ ਹਾਈਟ ਮੁਤਾਬਕ ਬਹੁਤ ਹਾਈਟ ਬੌੜੀ ਸਟਰਕਚਰ ਬਹੁਤ ਸੋਹਣਾ ਛੋਟੀ ਦਾ ਠੀਕ ਹੈ ਜੀ ਆ ਜਾਓ ਇਧਰ ਆ ਜਾਓ ਇਹ ਸੂਈ ਹੈ ਜੀ ਵੀ ਲਿਆ ਵੀ ਲਿਆ ਬੰਦ ਵੀ ਵੀਰ ਜੀ ਫਿਰ ਇਹਦੀ ਕੀਮਤ ਜੀ ਇਹ ਬਾਈ ਪਹਿਲਾ ਸੂਏ ਛੋਟੀ ਆ ਹਾਂਜੀ ਚੰਗੀ ਸਾਫ ਸੂ ਬਹੁਤ ਆ ਬੋਡੀ ਬਾਡੀ ਬਹੁਤ ਛੋਟੀ ਜੀ ਸਾਫ ਹੈ ਸਿੱਧੀ ਆ ਥਨ ਕੋਲ ਛੋਟੀ ਨੂੰ ਬਹੁਤ ਚੰਗਾ ਲੱਗਾ ਬਿਲਕੁਲ ਜੀ ਬਿਲਕੁਲ ਠੀਕ ਹੈ ਇਹ 85000 ਦੀ ਆਪਾਂ 85000 ਦੋ ਹੋ ਗਏ ਠੀਕ ਹੈ 85000 ਨੋ ਛੋਟੀ ਬਿਲਕੁਲ ਜੀ ਗਾਲ ਬਸ ਰਹੀ ਜੀ ਇਹ ਗੱਬੜਾ ਜੀ ਇਹ ਗੱਬੜਾ ਜੀ ਇਹ ਦੂਜਾ ਸੂਆ ਦੂਜਾ ਸੂਆ ਹੈ ਜੀ ਪਹਿਲੇ ਸੂਏ ਤੋਂ ਕੱਢਿਆ ਹੋਇਆ ਜੀ 28 ਕਿਲੋ ਹੈ ਜੀ ਖੋਲੋ ਜੀ ਤੇ ਦੇਖੋ ਜੀ ਬਹੁਤ ਸੋਹਣੀ ਬਰੀਡ ਆ
ਐਚ ਐਫ ਦੇ ਪਿਓਰ 'ਤੇ ਆ ਗਏ ਆ ਦੇਖੋ ਬਾਕੀ ਲੇਵਾ ਆ ਦੇਖੋ ਜੀ ਲੈ ਚਲੋ ਜੀ ਉੱਧਰ ਬਸ ਲਿਆਓ ਵੀ ਜੀ ਲਿਆਓ ਤੇ ਕੈਨੇਡਾ ਵਾਲਾ ਜੀ ਵੀਜੀ ਇਹ ਦੋ ਤੋਂ ਚਾਰ ਦਿਨ ਜੀ ਠੀਕ ਹੈ ਦੰਦਾਂ ਵਿੱਚ ਬੀਜੀ ਛੇ ਦੰਦ ਠੀਕ ਹੈ ਹਾਂਜੀ ਬਿਲਕੁਲ ਜੀ ਅਤੇ ਇਹਦੀ ਕੀਮਤ ਬੀਜੀ ਫਿਰ ਨੱਬੇ ਹਜ਼ਾਰ ਦੇ ਠੀਕ ਹੈ ਜੀ ਅਤੇ ਤੀਹ ਪਲੱਸ ਕਰ ਜੋ ਦੁੱਧ ਜੀ ਪਹਿਲੇ ਸੋ ਦਿੱਤਾ ਠੀਕ ਹੈ ਜੀ ਤੇ ਲੋ ਵੀ ਜੀ ਆਹ ਬਾਈ ਨੇ ਪਸ਼ੂ ਹੈ ਜੀ ਅਤੇ ਫਿਰ ਵੀ ਜੀ ਆ ਕੇ ਇੱਥੇ ਦੋ ਟੈਨੀ ਚੁਆਈ ਕਰੋ ਅਸੀਂ ਆ ਜੀ ਪਾਸ ਕਰੋ ਅਤੇ ਪੂਰੀ ਤਸੱਲੀ ਦੇ ਖਰੀਦੋ ਠੀਕ ਹੈ ਕਿ ਨਹੀਂ ਜੀ ਆ ਜਾਓ ਬਾਈ ਆ ਜਾਓ ਆ ਜਾਓ ਠੀਕ ਹੈ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਜੀ ਪਸ਼ੂ ਲੈਣ ਆਏ ਇਹਨਾਂ ਕੋਲ ਅੱਛਾ ਜੀ ਅੰਮ੍ਰਿਤਸਰ ਤੋਂ ਜੀ ਡੇਅਰੀ ਦੇ ਕੰਮ ਦੁੱਧ ਦਾ ਕੰਮ ਹੈ ਜੀ ਠੀਕ ਹੈ ਜੀ ਇਹਨਾਂ ਦੇ ਕੋਲੋਂ 25-30 ਪਸ਼ੂ ਗਏ ਨੇ ਸਾਡੇ ਕੋਲ ਹਾਂਜੀ ਹਾਂਜੀ ਬਹੁਤ ਵਧੀਆ ਮਾਲ ਖਰਾ ਮਾਲ ਹੈ ਕੋਈ 18-19 ਲੀਟਰ ਦੇ ਲਾਗੇ ਲਾਗੇ ਸਾਰੇ ਪਸ਼ੂ ਗਏ ਨੇ ਚੰਗੇ ਰਿਕਾਰਡ ਵਾਲੇ ਬਹੁਤ ਵਧੀਆ ਰਿਕਾਰਡ ਵਾਲੇ ਗਏ ਨੇ ਜੀ ਠੀਕ ਹੈ ਜੀ ਬਿਲਕੁਲ ਬਰੀਡ ਨਸਲ ਵਾਲੇ ਕਰ ਜਾਨਵਰ ਕੱਟੀਆਂ ਬਹੁਤ ਸੋਹਣੀਆਂ ਤਿਆਰ ਰੇਟ ਰੂਟ ਬਿਲਕੁਲ ਸਹੀ ਹੁੰਦਾ ਜੀ ਹਾਂਜੀ ਰੇਟ ਬਹੁਤ ਵਧੀਆ ਜੀ ਠੀਕ ਹੈ ਜੀ ਸਾਨੂੰ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ ਜੀ ਇਹਨਾਂ ਦੇ ਕੋਲ ਹੀ ਜਾਈਦਾ ਉੱਥੇ ਹਾਂਜੀ ਹਾਂਜੀ ਇੱਥੇ ਆਈਦਾ ਹਾਂਜੀ ਹਾਂਜੀ ਤੇ ਕੋਈ ਚੋਈ ਦੀ ਨਹੀਂ ਜਵਾਈ ਦੀ ਨਹੀਂ ਬਹੁਤ ਵਧੀਆ ਪਸ਼ੂ ਆ ਯਕੀਨ ਹੈ ਜੀ ਹਾਂਜੀ ਬਹੁਤ ਵਧੀਆ ਯਕੀਨ ਯਕੀਨ ਦੇ ਸਿਰ ਤੇ ਚੱਲਦਾ ਬਾਈ ਜੀ ਕੰਮ ਇੱਥੇ ਆਣ ਕੇ ਬੜੀ ਸੰਤੁਸ਼ਟੀ ਹੁੰਦੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਪਸ਼ੂ ਮਿਲਦੇ ਨੇ ਸਾਨੂੰ ਚਲੋ ਬਾਈ ਜੀ ਮੈਂ ਤਾਂ ਤੁਹਾਨੂੰ ਦੱਸਦਾ ਤੁਹਾਡਾ ਤੇ ਕੁਦਰਤੀ ਫੋਨ ਆਇਆ ਹਾਂਜੀ 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 ਆਪਾਂ ਤੁਹਾਡੇ ਡੇਅਰੀ ਤੇ ਆਉਣਾ ਚਲੋ ਜਿੰਨੇ ਕਿ ਜਾਨਵਰ ਅਵੇਲੇਬਲ ਹੈ ਤੁਹਾਨੂੰ ਦਿਖਾਏ ਵੀ ਹਾਂਜੀ ਹਾਂਜੀ ਸਹੀ ਬਾਕੀ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ 20-25 ਜਾਨਵਰ ਚੰਗੇ ਚੰਗੇ ਪਸ਼ੂ 25-25 ਕਿਲੋ ਵਾਲੀਆਂ ਮਈਆਂ 15-25 ਕਿਲੋ ਵਾਲੇ ਜਾਨਵਰ ਬਹੁਤ ਸੋਹਣੇ ਤਿਆਰ ਅਵੇਲੇਬਲ ਹੁੰਦੇ ਸਾਡੇ ਕੋਲ ਠੀਕ ਠੀਕ ਹੈ ਜੀ ਠੀਕ ਹੈ ਹਰ ਵਕਤ ਹੁੰਦੇ ਹਨ ਜੀ ਗਾਈਆਂ ਬਹੁਤ ਚੰਗੀਆਂ ਚੰਗੀਆਂ ਆਪਾਂ 30 ਪਲੱਸ ਤੋਂ ਲੈ ਕੇ 60-60 ਬਾਰ-ਬਾਰ ਲੀਟਰ ਵਾਲੀਆਂ ਤਿਆਰ ਬੈੜਾ ਆਪਣੀਆਂ ਕੋਈ ਤੋਂ ਅਵੇਲੇਬਲ ਹੁੰਦੀਆਂ ਬਹੁਤ ਠੀਕ ਹੈ ਜੀ ਬਰੀਡ ਕੁਆਲਿਟੀ ਵਾਲੀਆਂ ਠੀਕ ਹੈ ਜੀ ਹਾਂ ਬਾਕੀ ਹੁਣ ਤਾਂ ਤੁਹਾਡਾ ਫੋਨ ਆਇਆ ਫਿਰ ਅਸੀਂ ਚਲੋ ਆਈਆਂ ਚਲੋ ਚੱਲ ਕੇ ਤੁਹਾਨੂੰ ਜਿੰਨੇ ਜਾਨਵਰ ਇਹ ਵੀ ਬਾਈ ਹੋਣੇ ਮਾਲ ਲੈਣ ਆਏ ਸੀਗੇ ਹਾਂਜੀ 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 ਤੇ ਕੁਦਰਤੀ ਆਪਣਾ ਚਲੋ ਮੇਲ ਹੋ ਗਿਆ ਸਹੀ ਗੱਲ ਹੈ ਜੀ ਬਿਲਕੁਲ ਜੀ ਮੋਸਟ ਮੋਸਟ ਵੈਲਕਮ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਤੇ ਆਪਣਾ ਐਡਰੈਸ ਬੋਲ ਦਿਓ ਜੀ ਆਪਣਾ ਫਤਿਹਗੜ੍ਹ ਚੂੜੀਆਂ ਬਾਈ ਜੀ ਹਾਂਜੀ ਹਾਂ ਮੇਨ ਫਤਿਹਗੜ੍ਹ ਚੂੜੀਆਂ ਠੀਕ ਹੈ ਜੀ ਤੇ ਉੱਪਰ ਦੇ ਆਪੋਜ਼ਿਟ ਰੰਦਾਵਾ ਪੈਲਸ ਠੀਕ ਹੈ ਜੀ ਤੇ ਨਾਮ ਤੇ ਫੋਨ ਨੰਬਰ ਜੀ ਨਾਮ ਆਪਣਾ ਸਤਾਰ ਵੀਰ ਸਿੰਘ ਅੱਛਾ ਜੀ ਫਤਿਹਗੜ੍ਹ ਚੂੜੀਆਂ ਠੀਕ ਹੈ ਨੰਬਰ ਜੀ 98-51 ਹਾਂਜੀ 41-909 ਠੀਕ ਹੈ ਇਹੀ ਨੰਬਰ ਵਟਸਐਪ ਚੱਲਦਾ ਤੁਹਾਡਾ ਜੀ ਇੱਕ ਨੰਬਰ ਉਹ ਵੀ ਬੋਲ ਦਿਓ ਜੀ 95-011 ਹਾਂਜੀ 2005 ਠੀਕ ਹੈ ਜੀ ਦੋਵਾਂ ਨੰਬਰ ਵਟਸਐਪ ਚੱਲਦਾ ਚਲੋ ਜਿਸ ਤਰ੍ਹਾਂ ਹੀ ਗੱਲਬਾਤ ਤੁਸੀਂ ਕਰ ਲਿਆ ਜੀ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ